ਸਤ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਦ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜੋ ਕਿ ਆਊਟ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਇਸ ਦੇ ਵਿੱਚ ਕਾਫੀ ਸਾਰੇ ਕੈਂਡੀਡੇਟ ਜਿਹੜੇ ਨੇ ਓਲਿਜੀਬਲ ਹੋਣ ਵਾਲੇ ਨੇ ਜੀ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਮੈਂ ਤੁਹਾਨੂੰ ਫੁੱਲ ਇਨਫੋਰਮੇਸ਼ਨ ਅੱਗੇ ਵੀਡੀਓ ਦੇ ਵਿੱਚ ਦਵਾਂਗਾ ਸੋ ਤੁਸੀਂ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਣਾ ਹੈ ਜੀ ਇਹ ਵੈਕੈਂਸੀਸ ਕਾਫੀ ਸਾਰੇ ਕੈਂਡੀਡੇਟ ਦੀ ਲਈ ਆਊਟ ਹੋਈਆਂ ਨੇ ਜਿੱਦਾਂ ਕਿ ਇਹਦੇ ਵਿੱਚ ਗੱਲ ਕਰਾਂ ਅ 12th ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਇਜ਼ ਐਲੀਜੀਬਲ ਹੋਣ ਵਾਲੇ ਨੇ ਸੋ ਤੁਸੀਂ ਵੀ ਅਗਰ ਇਸੇ ਐਲੀਜੀਬਿਲਿਟੀ ਮੈਟ ਕਰਦੇ ਹੋ ਤਾਂ ਜ਼ਰੂਰ ਅਪਲਾਈ ਕਰਨਾ ਇਹਨਾਂ ਵੈਕੈਂਸੀਜ਼ ਦੇ ਲਈ ਮੈਂ ਅੱਗੇ ਤੁਹਾਨੂੰ ਦੱਸਾਂਗਾ ਫੁੱਲ ਇਨਫੋਰਮੇਸ਼ਨ ਸੋ ਤੁਸੀਂ ਫਸਟ ਟਾਈਮ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਦਨਾ ਜਿਸ ਦੇ ਨਾਲ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲ ਜਾਏਗਾ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਵੀ ਕਰ ਪਾਉਂਗੇ ਤੇ ਨਾਲ ਦੀ ਨਾਲ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਤੁਸੀਂ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚਲਦਾ ਹਾਂ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ ਤੇ ਉੱਥੇ ਜਾ ਕੇ ਅਸੀਂ ਗੱਲ ਕਰਦੇ ਹਾਂ ਭਰਤੀ ਦੇ ਬਾਰੇ ਵਿੱਚ ਫੁੱਲ ਇਨਫੋਰਮੇਸ਼ਨ ਡਿਸਕਸ ਕਰਾਂਗਾ ਤੁਹਾਡੇ ਨਾਲ ਜੀ ਤੇ ਚਲ ਸਭ ਤੋਂ ਪਹਿਲਾਂ ਉਹ ਅਗਰ ਅਸੀਂ ਗੱਲ ਕਰੀਏ ਕਿ ਇਹਦੇ ਲਈ ਅਪਲਾਈ ਕਿੱਦਾਂ ਕਰਨਾ ਹੈ ਉਹ ਦੱਸ ਦੇਣਾ ਤੁਹਾਨੂੰ ਇਹਦੇ ਲਈ ਆਫਲਾਈਨ ਮੋਡ ਦੇ ਥਰੂ ਤੁਸੀਂ ਅਪਲਾਈ ਕਰਨਾ ਹੋਵੇਗਾ ਆਫਲਾਈਨ ਮੋਡ ਇਨ ਦ ਸੈਂਸ ਉਹਨਾਂ ਨੇ ਆਪਣੀ ਵੈਬਸਾਈਟ سوری ਇੱਕ ਫਾਰਮ ਜਿਹੜਾ ਹੈ ਜੀ ਵੈਬਸਾਈਟ ਤੇ ਜਾਰੀ ਕੀਤਾ ਹੋਇਆ ਹੈ ਉਹ ਤੁਸੀਂ ਡਾਊਨਲੋਡ ਕਰ ਲੈਣਾ ਹੈ ਉਹਨੂੰ ਤੁਸੀਂ ਜਿਹੜਾ ਜੀ ਇੱਕ ਪੀਡੀਐਫ ਦੇ ਰੂਪ ਵਿੱਚ ਹੋਏਗਾ ਉਹਦਾ A4 ਸ਼ੀਟ ਦੇ ਉੱਪਰ ਪ੍ਰਿੰਟ ਆਊਟ ਲੈਣਾ ਜੋ ਕਿ ਬਿਲਕੁਲ ਕਲੀਅਰ ਹੋਣਾ ਚਾਹੀਦਾ ਜਿੱਦੈ ਤੁਸੀਂ ਉਹ ਕਲੀਅਰ ਪ੍ਰਿੰਟ ਆਊਟ ਲੈ ਲੰਦੇ ਹੋ ਉਹ ਨੂੰ ਪੂਰਾ ਕੈਪੀਟਲ ਵਰਡ ਦੇ ਵਿੱਚ ਤੁਸੀਂ ਜਿਹੜਾ ਜਿਉਂ ਭਰਨਾ ਹੋਏਗਾ ਸੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਇੱਥੇ ਤੁਸੀਂ ਦੇਖ ਪਾ ਰਹੇ ਹੋ ਆਪਣਾ ਨਾਮ ਭਰਨਾ ਹੈ ਜੀ ਫਾਦਰ ਨੇਮ ਹਸਬੰਡ ਨੇਮ ਉਹ ਲਿਖਣਾ ਹੈ ਜੀ ਡੇਟ ਆਫ ਬਰਥ ਏਜ ਤੁਹਾਡੀ ਕਿੰਨੀ ਬਣਦੀ ਹੈ ਜਿਹੜਾ ਤੁਸੀਂ ਪ੍ਰੂਫ ਨਾਲ ਅਟੈਚ ਕਰਨਾ ਹੋਏਗਾ ਕੁਆਲਿਫਿਕੇਸ਼ਨ ਠੀਕ ਹੈ ਜੀ ਅਟੈਚ ਕਰੋਗੇ ਜਿਹਦੇ ਪ੍ਰੂਫ ਕੈਟਾਗਰੀ ਨੈਸ਼ਨੈਲਿਟੀ ਤੁਸੀਂ ਪੰਜਾਬੀ ਜਿਹੜੀ ਹੈ ਜੀ ਨਾਲ ਸਬਜੈਕਟ ਨਾਲ میٹرਿਕ ਪਾਸ ਕੀਤੀ ਹੈ ਨਹੀਂ ਕੀਤੀ ਹੈ ਉਹ ਉਸ ਤੋਂ ਬਾਅਦ ਵੈਦਰ ਤੁਸੀਂ ਆਈਟੀਆਈ ਪਾਸਡ ਹੋ ਜਾਂ ਨਹੀਂ ਹੋ ਨਗਰ ਹੋ ਤਾਂ ਪ੍ਰੂਫ ਕਰੋਗੇ ਅਟੈਚ ਨਾਲ ਤੇ ਡਿਟੇਲ ਜਿਹੜਾ ਐਕਸਪੀਰੀਅੰਸ ਦਾ ਹੋਏਗਾ ਅਗਰ ਤੁਹਾਨੂੰ ਕੋਈ ਐਕਸਪੀਰੀਅੰਸ ਆਇਆਗਾ ਤਾਂ ਤੁਸੀਂ ਲਿਖ ਜਿਹੜਾ ਮੈਂਸ਼ਨ ਕਰ ਸਕਦੇ ਹੋ ਤੇ ਨਾਲ ਅਟੈਚ ਕਰੋਗੇ ਪ੍ਰੂਫ ਉਸ ਤੋਂ ਬਾਅਦ ਕੋਰਸਪੋਂਡੈਂਸ ਪਰਮਾਨੈਂਟ ਐਡਰੈਸ ਕੰਟੈਕਟ ਨੰਬਰ ਮੈਂਸ਼ਨ ਕਰਨਾ ਹੈ ਪਰ ਲਾਸਟ ਦੇ ਇਥੇ ਕਰਨੇ ਨੇ ਤੁਸੀਂ ਸਿਗਨੇਚਰ ਨਾਲ ਤੁਸੀਂ ਸਾਰੇ ਸਾਰੇ ਡਾਕੂਮੈਂਟ ਜਿਹੜੇ ਨੇ ਉਹ ਅਟੈਚ ਕਰ ਦੇਣੇ ਨੇ ਔਰ ਇਹਨਾਂ ਦੇ ਦਿੱਤੇ ਗਏ ਐਡਰੈਸ ਦੇ ਉੱਪਰ ਇਹਨਾਂ ਦੇ ਦਿੱਤੇ ਗਏ ਟਾਈਮ ਤੋਂ ਪਹਿਲਾਂ ਪਹਿਲਾਂ ਜਿਹੜੇ ਜੀ ਸੈਂਡ ਤੁਸੀਂ ਕਰ ਦੇਣੇ ਨੇ ਸੋ ਉਹ ਤੁਸੀਂ ਚੈੱਕ ਕਰ ਲੈਣਾ ਨੋਟੀਫਿਕੇਸ਼ਨ ਜਿਹੜਾ ਹੈ ਜੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮੈਂ ਦੇ ਦੇਵਾਂਗਾ ਨੋਟੀਫਿਕੇਸ਼ਨ ਪਲੱਸ ਪੀਡੀਐਫ ਦੋਨੋਂ ਤੁਸੀਂ ਡਾਊਨਲੋਡ ਕਰ ਪਾਉਂਗੇ ਹੁਣ ਅਸੀਂ ਚੱਲਦੇ ਹਾਂ ਕਿ ਇਹ ਚ ਕਿਹੜੀ ਕਿਹੜੀ ਭਰਤੀਆਂ ਆਊਟ ਕੀਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਪਹਿਲੀ ਭਰਤੀ ਦੀ ਜਿਹੜੀ ਕਿ ਆਊਟ ਕੀਤੀ ਗਈ ਹੈ ਲਿਫਟ ਆਪਰੇਟਰ ਦੀ ਜੋ ਕਿ ਟ ਔਰ ਇਸ ਦੇ ਵਿੱਚ ਤੁਹਾਡੀ ਸੈਲਰੀ ਐਸ ਪਰ ਡੀਸੀ ਰੇਟ ਜਬਰਨਾਲਾ ਜਿਹੜੀ ਹੈ ਜੀ ਉਹ ਰਹੇਗੀ ਸੋ ਇਸ ਦੇ ਵਿੱਚ ਕੈਂਡੀਡੇਟ ਜਿਹੜੇ 18 ਤੋਂ 37 ਸਾਲ ਤੱਕ ਦੇ ਹੈਗੇ ਨੇ ਉਹ ਅਪਲਾਈ ਕਰ ਸਕਦੇ ਨੇ ਜਨਰਲ ਕੈਟਾਗਰੀ ਵਾਲਿਆਂ ਵਾਸਤੇ ਨੂੰ ਛੱਡ ਕੇ ਬਾਕੀ ਸਾਰਾ ਰਿਜ਼ਰਵ ਕੈਟਾਗਰੀ ਨੂੰ ਐਸ ਪਰ ਗਵਰਨਮੈਂਟ ਨੋਰਮ ਤੁਹਾਨੂੰ ਜਿਹੜੀ ਹੈ ਜੀ ਉਹ ਦਿੱਤੀ ਜਾਏਗੀ ਜਿਹੜੀ ਤੁਹਾਡੀ ਏਜ ਰੈਲੈਕਸੇਸ਼ਨ ਹੋਏਗੀ ਜਿਨ੍ਹਾਂ ਨੇ ਮੈਟ੍ਰਿਕ ਪਾਸ ਕੀਤੀ ਹੋਈ ਹੈ ਉਹ ਅਪਲਾਈ ਕਰ ਸਕਦੇ ਨੇ ਪੰਜਾਬੀ ਸਬਜੈਕਟ ਦੇ ਨਾਲ ਔਰ ਆਈਟੀ ਸਰਟੀਫਿਕੇਟ ਹੋਣਾ ਚਾਹੀਦਾ ਹੈ ਇਲੈਕਟ੍ਰੀਕਲ ਦਾ ਮੈਕੈਨਿਕਲ ਦਾ ਜਾਂ ਅਦਰ ਇਕੁਇਲੈਂਟ ਟ੍ਰੇਡ ਦੇ ਵਿੱਚ ਤੁਹਾਡੇ ਕੋਲ ਹੈਗਾ ਗਵਰਨਮੈਂਟ ਇੰਸਟੀਚਿਊਟ ਤੋਂ ਠੀਕ ਹੈ ਜੀ ਤਾਂ ਅਪਲਾਈ ਕਰ ਸਕਦੇ ਹੋ ਤੇ ਇਹਦੇ ਬਾਰੇ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੈਗਾ ਜੋ ਕਿ ਆਪਰੇਸ਼ਨਸ ਦਾ ਜਾਂ ਮੇਨਟੇਨੈਂਸ ਆ ਜਿਹੜਾ ਮੇਨਟੇਨੈਂਸ ਲਿਫਟ ਦਾ ਤਾਂ ਤੁਸੀਂ ਡਾਇਰੈਕਟ ਅਪਲਾਈ ਕਰ ਸਕਦੇ ਹੋ ਕੁਆਲਿਫੀਕੇਸ਼ਨ ਮੈਟਰ ਨਹੀਂ ਕਰਦੀ ਜੀ ਉਸ ਤੋਂ ਬਾਅਦ ਜਨਰੇਟਰ ਆਪਰੇਟਰ ਦੀ ਵੈਕੈਂਸੀਜ਼ ਨੇ ਦੋ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਇਹਦੇ ਵਿੱਚ ਵੀ ਤੁਹਾਡੀ ਸੈਲਰੀ ਐਸ ਪਰ ਡੀਸੀ ਰੇਟ ਜਿਹੜੀ ਹੈ ਜੀ ਰਹੇਗੀ ਕੈਂਡੀਡੇਟ 18 ਤੋਂ 37 ਸਾਲ ਤੱਕ ਦੇ ਕੈਂਡੀਡੇਟ ਨੇ ਅਪਲਾਈ ਕਰ ਸਕਦੇ ਨੇ ਏਜ਼ ਰੈਲੈਕਸੇਸ਼ਨ ਐਸ ਪਰ ਗਵਰਨਮੈਂਟ ਨਾਲ ਦਿੱਤੀ ਜਾਏਗੀ ਜਿਨ੍ਹਾਂ ਨੇ میٹرਿਕ ਪਾਸ ਕੀਤੀ ਹੋਈ ਹੈ ਪੰਜਾਬੀ ਸਬਜੈਕਟ ਦੇ ਨਾਲ ਉਹ ਅਪਲਾਈ ਕਰ ਸਕਦੇ ਨੇ ਪਲੱਸ ਇਸ ਦੇ ਵਿੱਚ ਆਈਟੀਆ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਇਲੈਕਟ੍ਰੀਕਲ ਮਕੈਨੀਕਲ ਜਾਂ ਅਦਰ ਇਕੁਇਵਲੈਂਟ ਰੇਟ ਦਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ 2 ਸਾਲ ਦਾ ਐਕਸਪੀਰੀਅੰਸ ਹੈਗਾ ਤੁਹਾਨੂੰ ਆਪਰੇਸ਼ਨ ਦਾ ਠੀਕ ਹੈ ਜੀ ਮੇ ਜਨਰੇਟਰ ਦਾ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਜਾਂ ਫਿਰ ਤੁਹਾਨੂੰ ਡਾਇਰੈਕਟ 5 ਸਾਲ ਦਾ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਕੁਆਲਿਫੀਕੇਸ਼ਨ ਦਾ ਮੈਟਰ ਨਹੀਂ ਕਰਦੀ ਤਾਂ ਵੀ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਇਹ ਜਿਹੜੀਆਂ ਨੇ ਜੀ ਐਸ ਪਰ ਮੈਂਸ਼ਨਡ ਰਿਜ਼ਰਵੇਸ਼ਨ ਜਿਹੜੀਆਂ ਨੇ ਉਹ ਰਹੇਗਾ ਜਿਹੜੇ ਵੀ ਕੈਂਡੀਡੇਟ ਨੇ ਰਿਜ਼ਰਵ ਕੈਟਾਗਰੀ ਤੋਂ ਅਵੇਲੇਬਲ ਜਿਹੜੇ ਨੇ ਉਹ ਅਗਰ ਨਹੀਂ ਪਾਈ ਜਾਂਦੇ ਐਲੀਜੀਬਲ ਤਾਂ ਉਹਨਾਂ ਨੂੰ ਜਿਹੜੀ ਅਪਾਇੰਟਮੈਂਟ ਹੈ ਉਹ ਜਨਰਲ ਕੈਟਾਗਰੀ ਨੂੰ ਦਿੱਤੀ ਜਾਏਗੀ ਨੰਬਰ ਆਫ ਵੈਕੈਂਸੀਜ਼ ਜਿਹੜੀਆਂ ਨੇ ਉਹ ਘਟਾਈਆਂ ਜਾਂ ਵਧਾਈਆਂ ਵੀ ਜਾ ਸਕਦੀਆਂ ਨੇ ਓਨਲੀ ਸ਼ਡਿਊਲ ਕਾਸ ਕੈਂਡੀਡੇਟ ਪੰਜਾਬ ਦੇ ਜਮਿਸਲ ਹੋ ਬੈਨੀਫਿਟ ਦੀ ਰਿਜ਼ਰਵੇਸ਼ਨ ਦੇ ਕੈਂਡੀਡੇਟ ਜਿਹੜੇ ਬਿਲੋਂਗ ਕਰਦੇ ਨੇ ਰਿਜ਼ਰਵ ਕੈਟਾਗਰੀ ਨੂੰ ਉਹਨਾਂ ਨੂੰ ਆਪਣੀ ਕਾਪੀ ਜਿਹੜੀ ਐ ਅਟੈਚ ਕਰਨੀ ਪਵੇਗੀ ਸਰਟੀਫਿਕੇਟ ਦੀ ਔਰ ਇੱਥੇ ਤੁਹਾਡੀ ਇੰਟਰਵਿਊ ਹੋਣ ਵਾਲੀ ਹੈ ਇੰਟਰਵਿਊ ਕੰਡਕਟ ਕੀਤੀ ਜਾਏਗੀ 4 12 2021 10 ਵਜੇ ਜੋ ਕਿ ਨਿਊ ਜਰਜਿਕਲ ਕੋਰਟ ਕੰਪਲੈਕਸ ਬਰਨੇਾਲਾ ਵਿੱਚ ਹੋਏਗੀ ਸੋ ਤੁਸੀਂ ਜਿਹੜੇ ਨੇ ਜੀ ਐਡਵਾਈਸ ਕੀਤਾ ਜਾਂਦਾ ਹੈ ਵੈਬਸਾਈਟ ਬਾਰ-ਬਾਰ ਫ੍ਰੀਕੁਐਂਟਲੀ ਚੈੱਕ ਜ਼ਰੂਰ ਕਰਦੇ ਰਹਨ ਸਿਲੈਕਸ਼ਨ ਕ੍ਰਾਈਟੇਰੀਆ ਇਹਨਾਂ ਨੇ ਲਿਖਿਆ ਆ ਕਿ ਇੰਟਰਵਿਊ ਤੋਂ ਹੀ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਜੀ ਉਹ ਹੋਣੀ ਹੈ ਸਾਰਾ ਫਾਰਮ ਤੁਹਾਨੂੰ ਰੈਡੀ ਜੋ ਨਹੀਂ ਦਿੱਤਾ ਜਾਏਗਾ ਐਟ ਲੀਸਟ ਇੱਕ ਆਈਡੀ ਪ੍ਰੂਫ ਤੁਹਾਨੂੰ ਜਿਹੜਾ ਹੈ ਜੀ ਜਿਹੜਾ ਇੰਟਰਵਿਊ ਦੇ ਟਾਈਮ ਤੇ ਨਾਲ ਲੈ ਕੇ ਆਉਣਾ ਪਏਗਾ ਤਾਂ ਹੀ ਤੁਹਾਨੂੰ ਇੰਟਰਸਟ ਜਿਹੜੀ ਹੈ ਜੀ ਦਿੱਤੀ ਜਾਏਗੀ ਸੋ ਇੱਕ ਸੀਗਾ ਜੀ ਅਜਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ